ਜੀ ਬਾਬਿਓ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ ਸਾਰਿਆਂ ਦੇ? ਕੈਂ ਵਸੇ ਤਾਂ ਲੋੜ ਲਾ ਤਾ ਆਪਾਂ ਨੇ ਉਰੇ ਜੀ ਬਾਬਿਓ, ਕਰ ਤਾ ਇਹਨਾਂ ਨੇ ਖਾਲੀ, ਜਗ੍ਹਾ ਥੋੜ੍ਹੀ ਟੈਟ ਜੀ ਉਹਦੀ, ਪਰ ਕਮਾਲ ਹੋ ਗਈ ਪਹਿਲੀ ਵਾਰ 'ਚ। ਜੇ ਤੁਹਾਡਾ ਪਹਿਲੀ ਵਾਰ 'ਚ ਟ੍ਰੇਨ ਦਾ ਸਹੀ ਜਗ੍ਹਾ ਮੁੜ ਜਾਵੇ ਨਾ, ਫਿਰ ਕੋਈ ਔਖਾ ਨਹੀਂ ਹੈਗਾ, ਫਿਰ ਲੋਟ ਆ ਜਾਂਦਾ। ਜੇ ਪਹਿਲੀ ਵਾਰ ਤੁਹਾਡਾ ਮਿਸ ਹੋ ਜਾਵੇ, ਨਾ ਲੋਟ ਆਵੇ, ਫਿਰ ਬਹੁਤ ਔਖਾ ਆ ਜਾਂਦਾ। ਫਿਰ ਜਿੰਨੀ ਮਰਜ਼ੀ ਵਾਰ ਅੱਗੇ ਕਰੀ ਚਲੋ, ਪਿੱਛੇ ਕਰੀ ਚਲੋ, ਫਿਰ ਨਹੀਂ ਲੋਟ ਆਉਂਦਾ ਹੈਗਾ। ਪਹਿਲੀ ਪੁੱਲ ਤੁਹਾਡੀ ਸਹੀ ਆ ਜਾਵੇ ਨਾ, ਚੀਜ਼ ਬਣ ਜਾਂਦੀ ਫਿਰ। ਅਤੇ ਸੋਨੇ ਦੀ ਤਿਆਰੀ ਕੀ ਹੈ? ਜੇ ਤਾਂ ਲੋਹੜ ਚੱਕਣਾ 4 ਵਜੇ ਤੱਕ ਚੱਕ ਸਕਦੇ, ਅਤੇ 2 ਕੁ ਘੰਟੇ ਦੀ ਡਰਾਈਵ ਆ ਪਿੱਛੇ ਨੂੰ ਜਾ ਕੇ। ਬਟ ਮੈਂ ਸੋਚਿਆ ਯਾਰ ਚੱਲਦੇ ਹਾਂ, ਉੱਠ ਖੜੀ ਹੁਣ, ਬ੍ਰੱਸ਼ ਕਰ ਲਿਆ, ਬਾਥਰੂਮ ਜਾਇਆ ਹੈ, ਅਤੇ ਰੈਡੀ ਟੂ ਗੋ ਆ ਕੰਮ। ਚਾਹ ਦਾ ਪਤੀਲਾ ਧਰਿਆ ਹੋਇਆ ਆਪਾਂ ਨੇ, ਤੁਹਾਨੂੰ ਦਿਖਾ ਦਿੰਦਾ। ਆਹ ਦੇਖੋ, ਕਾੜ ਕਾੜ ਕੇ ਬਣ ਰਹੀ ਆ, ਕਾੜ ਕਾੜ ਕੇ ਚਾਹ ਆ ਰਹੀ ਆ ਵਾਲੀ, ਅਤੇ ਚਾਹ ਬਣ ਰਹੀ ਆ। ਅਤੇ ਇਹ ਦੇਖੋ ਬਾਹਰ ਖੜ੍ਹੇ ਆ ਟਰੱਕ ਟਰੁੱਕ, ਬਾਹਰ ਮੀਂਹ ਪੈ ਰਿਹਾ ਅੱਜ, ਮੌਸਮ ਥੋੜ੍ਹਾ ਜਿਹਾ ਬੇਈਮਾਨ ਜਿਹਾ ਹੋਇਆ ਹੋਇਆ। ਇਹ ਖੜ੍ਹੇ ਆ ਟਰੱਕ ਟਰੁੱਕ, ਆਪਣਾ ਟਰੱਕ ਆ ਖੜ੍ਹਾ, ਦੇਖਿਓ ਕਿਤੇ ਵਾਲੀ ਆਉਣਾ ਅੱਜ ਵੀ ਪਤੰਦਰੋ। ਤੁਹਾਨੂੰ ਬਾਹਰ ਦਿਖਾਉਂਦਾ ਦਿਖਾਉਂਦਾ ਚਾਹ ਬਾਲਣ ਮੈਂ, ਕਿਤੇ ਚਮਕਦਾ ਫਲੋਰ ਜੱਟਾਂ ਦਾ, ਆ ਪਿਆ ਆਪਣਾ ਰੋਟੀ ਵਾਲਾ ਟਿਫਨ, ਅਤੇ ਆ ਪਈ ਆਪਣੀ ਲੌਗ ਬੁੱਕ। ਇਹ ਆ ਦੇਖੋ ਪੇਪਰ ਲੌਗ ਬੁੱਕ, ਜਿਹਦੇ ਨਾਲ ਲਈਦੇ ਨਜ਼ਾਰੇ। ਓਹ ਹੋ, ਬਹੁਤ ਔਖਾ ਬਾਈ, ਜਿਹਨਾਂ ਕੋਲ ਇਲੈਕਟ੍ਰੋਨਿਕ ਲੌਗ ਬੁੱਕ, ਇਲੈਕਟ੍ਰੋਨਿਕ ਲੌਗ ਬੁੱਕ ਵਾਲਿਆਂ ਦਾ ਵਿਚਾਰਿਆਂ ਦਾ। ਚਲੋ ਕੋਈ ਗੱਲ ਨਹੀਂ, ਰੱਬ ਬਾਬਾ ਭਲੀ ਕਰੇ, ਆਪਾਂ ਤਾਂ ਲਈਦੇ ਨਜ਼ਾਰੇ। ਅਤੇ ਆ ਦੇਖੋ ਚਾਹ ਚੱਲੀ, ਅਤੇ ਥੈਂਕ ਯੂ ਵੈਰੀ ਮੱਚ ਟੂ ਐਵਰੀ ਵਨ। ਸੋਹਣਾ ਤੁਸੀਂ ਬਾ ਸਾਥ ਦੇ ਰਹੇ ਹੈ, ਬਾਬੇ ਦੀ ਕਿਰਪਾ ਨਾਲ। ਇੰਨੀ ਬਸ ਰੱਖਿਓ ਮਾੜਾ ਜਿਹਾ ਪਿਆਰ ਬਣਾ ਕੇ, ਇੰਨੀ ਬਸ ਵਧਾਈ ਚਲੋ ਸਬਸਕ੍ਰਾਈਬਰ, ਆਪਾਂ ਵੀਡੀਓ ਪਾਈ ਜਾਣੀ ਹੈ ਨਾਲ ਦੀ ਨਾਲ। ਅਤੇ ਹਾਂਜੀ ਬਾਬੇ, ਚਾਹ ਬਣਾ ਲਈ, ਰੈਡੀ ਟੂ ਗੋਆ ਕੰਮ, ਮੈਂ ਕਿਹਾ ਲੌਗ ਬੁੱਕ ਬਣਾ ਲਈ ਹੈ ਮਾੜੀ ਜੀ, ਅਤੇ ਰਾਤ ਵਾਲੀ ਲੌਗ ਬੁੱਕ ਕੰਪਲੀਟ ਕਰਦੀ ਹੈ, ਉਹ ਕਰਦੀ ਹੈ ਬਣਾ ਦੀ ਹੈ, ਉਹ ਤੋਂ ਬਾਅਦ ਫਿਰ ਅੱਜ ਦੀ ਬਣਾਉਂਦੇ ਹਾਂ। ਮੈਂ ਤੁਹਾਨੂੰ ਦਿਖਾਉਂਦਾ ਪੇਪਰ ਲੌਗ ਬੁੱਕ ਕਿਵੇਂ ਬਣਦੀ, ਵੈਸੇ ਤਾਂ ਅੱਜ ਕੱਲ੍ਹ ਲੋੜ ਨਹੀਂ ਹੈਗੀ ਇਹਦੀ, ਕਿਉਂਕਿ ਇਲੈਕਟ੍ਰੋਨਿਕ ਲੌਗ ਬੁੱਕਾਂ ਲੱਗ ਗਈਆਂ ਹੁਣ ਤਾਂ ਸਣੀ, ਪੇਪਰ ਲੌਗ ਬੁੱਕ ਦੀ ਕਿਸੇ ਨੂੰ ਲੋੜ ਨਹੀਂ। ਬਟ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਨਵੇਂ ਆ ਕਿ ਪੇਪਰ ਲੌਗ ਬੁੱਕ ਕਿਵੇਂ ਬਣਦੀ ਹੁੰਦੀ ਸੀ ਪਹਿਲਾਂ। ਮੈਂ ਤਾਂ ਹੁਣ ਵੀ ਬਣਾਉਂਦਾ, ਕਿਉਂਕਿ ਮੇਰੇ ਕੋਲ ਪੁਰਾਣਾ ਟਰੱਕ ਆ, ਉਹਦੇ ਕੋਲ ਇਲੈਕਟ੍ਰੋਨਿਕ ਲੌਗ ਬੁੱਕ ਦੀ ਲੋੜ ਨਹੀਂ ਹੈਗੀ, ਤਾਂ ਮੈਂ ਤੁਹਾਨੂੰ ਦਿਖਾਉਂਦਾ ਫਿਰ ਆ ਜਾਓ। ਇਹ ਇੱਥੇ ਪੈਂਦੀ ਹੈ ਉੱਪਰਲੇ ਪਾਸੇ ਡੇਟ, ਕੰਪਨੀ ਦਾ ਨਾਂ, ਕੰਪਨੀ ਦਾ ਐਡਰੈਸ, ਅਤੇ ਇੱਥੇ ਸਿਗਨੇਚਰ, ਟਰੱਕ ਨੰਬਰ, ਟ੍ਰੇਲਰ ਨੰਬਰ, ਆ ਉੱਪਰਲੇ ਇੱਥੇ ਕੋਲਮ 'ਚ ਜਿੰਨੀਆਂ ਟੋਟਲ ਮੀਲਾਂ ਚਲਾਈਆਂ। ਆਹ ਉੱਪਰਲੇ ਪਾਸੇ ਹੈਗੀ ਆ ਉਰੇ, ਆਹ ਹੈਗੀ ਆ ਆਫ ਡਿਊਟੀ, ਇੱਥੇ ਸਲੀਪ, ਇੱਥੇ ਡਰਾਈਵਿੰਗ, ਇੱਥੇ ਔਨ ਡਿਊਟੀ। ਔਨ ਡਿਊਟੀ 'ਚ ਜਿਵੇਂ ਆਪਾਂ ਤੇਲ ਤੂਲ ਪਾਇਆ ਜਾਂ ਲੋਡ ਲੋਡ ਚੱਕਿਆ, ਆਫ ਡਿਊਟੀ 'ਚ ਜਿਵੇਂ ਆਪਾਂ ਜਿਹੜੀ ਅੱਧੇ ਘੰਟੇ ਬਾਅਦ ਆਫ ਡਿਊਟੀ ਪਾਉਂਦੇ ਹਾਂ, ਆਹ ਦੇਖੋ ਉਰੇ ਪਾਈ ਹੋਈ, ਅਤੇ ਇਹਦਾ ਆਪਾਂ ਨੇ ਹੁਣ ਜੋੜ ਲਾਉਣਾ। ਟੋਟਲ 24 ਘੰਟੇ ਹੁੰਦੇ ਆ, 1, 2, 3, 4, 5, 6, 7, 8, 9, 10, 10.5, 10, 10.5 ਅਤੇ 11, 10.5 ਅਤੇ ਅੱਧਾ ਘੰਟਾ 11, ਅਤੇ ਸਲੀਪ ਇੱਥੇ ਤਾਂ ਗਿਣਨੀ ਆਪਾਂ ਨੇ 1, 2, 3, 3.5 ਘੰਟੇ, ਠੀਕ ਆ ਜੀ। ਆਫ ਡਿਊਟੀ ਇੱਥੇ ਤਾਂ ਗਿਣਨੀ ਆਪਾਂ ਨੇ ਥੱਲੇ, ਔਨ ਡਿਊਟੀ ਸੱਚ ਸੋਰੀ 1 ਘੰਟਾ 1.5, 2, 2.25। ਇਹਨਾਂ ਦਾ ਚੱਲਦਾ ਦੱਸਾਂ ਕਿਵੇਂ ਹੁੰਦਾ, ਇੱਥੇ ਤਾਂ ਚੱਲਦਾ ਮੰਨ ਲਓ, ਆਹ ਉਹਦੇ 'ਤੇ ਲਾ ਕੇ ਚੱਲੋ, ਆਹ ਆਹ ਕੋਲਮ ਆ ਨਾ, ਇਹ ਥੋੜ੍ਹਾ ਹੋ ਨਹੀਂ ਰਿਹਾ ਫੋਕਸ, 25, 50, 75, 100, 100 'ਤੇ ਜਾ ਕੇ ਘੰਟਾ ਹੋ ਜਾਂਦਾ, 25, 15 ਮਿੰਟ, 50 'ਤੇ ਅੱਧਾ ਘੰਟਾ, 75 ਮਿੰਟ 'ਤੇ 45, ਅਤੇ 100 'ਤੇ ਘੰਟਾ। ਹੁਣ ਡਰਾਈਵ ਦੇਖਣੀ ਆਪਾਂ ਨੇ ਕਿੰਨੀ ਕਰੀ, ਆਪਾਂ ਨੇ 1, 2, 3, 4 ਘੰਟੇ, ਆਹ 5, 6, 6.25, 7.25। ਹੁਣ ਇਹਦਾ ਸਾਰਿਆਂ ਦਾ ਜੋੜ 24 ਹੋਣਾ ਚਾਹੀਦਾ, 11 ਅਤੇ 11 ਅਤੇ 12, 12 ਅਤੇ 3, 15, 15 ਅਤੇ 3, 15 ਅਤੇ 7, 22, 22 ਅਤੇ 2, 24।
ਅਤੇ ਜਿੰਨੀ ਡਰਾਈਵ ਕਰੀ ਆਪਾਂ ਨੇ 7 ਘੰਟੇ ਮੰਨ ਲਓ, 7 ਘੰਟੇ 25 ਮਿੰਟ, 7 ਘੰਟੇ 25 ਮਿੰਟ ਗੁਣਾ 65 ਜਿੰਨੀ ਦੀ ਵੀ ਸਪੀਡ ਆ ਉਹਦੇ ਨਾਲ ਗੁਣਾ ਕਰ ਦੇਣੀ ਆ, 472 ਮੀਲਾਂ ਚਲਾ ਤੀਆਂ ਆਪਾਂ ਨੇ। ਇਹ ਹੋ ਗਈ ਆਪਣੀ ਕੰਪਲੀਟ, ਠੀਕ ਆ ਜੀ। ਦੇਖ ਲਈ ਤੁਸੀਂ, ਅਤੇ ਮੈਂ ਹੁਣ ਅੱਜ ਦੀ ਬਣਾ ਲਵਾਂ। ਜਿੱਥੇ ਵੀ ਤੁਸੀਂ ਲਾਈਨ ਛੱਡਣੀ ਆ, ਮੰਨ ਲਓ ਇੱਥੇ ਛੱਡੀ ਆ ਲਾਈਨ, ਇੱਥੇ ਥੱਲੇ ਲਿਖਣਾ ਕਿ ਕਿੱਥੇ ਸਲੀਪ ਕੀਤੀ, ਕਿੱਥੇ ਔਨ ਡਿਊਟੀ ਹੋਏ, ਕਿਆ ਕਰਿਆ ਉੱਥੇ, ਤੇਲ ਪਾਇਆ ਜਾਂ ਕੁਛ ਵੀ। ਅਤੇ ਲਾਈਏ ਡੋਰਾਂ ਡੂਰਾਂ, ਪੇਪਰ ਵਰਕ ਮਿਲ ਗਿਆ ਆਪਾਂ ਨੂੰ, ਪੱਟੀਏ ਡੋਰ ਤੋਂ, ਡੋਰ ਤੋਂ ਪੱਟ ਕੇ ਲਾਈਏ ਸਾਈਡ ਜਿਹੇ 'ਤੇ, ਟਰੱਕ ਨੂੰ ਲਾ ਕੇ ਸਾਈਡ ਜਿਹੇ 'ਤੇ, ਫਿਰ ਲਾਈਏ ਡੋਰਾਂ ਡੂਰਾਂ। ਜੇ ਆਪਾਂ ਲੋਡ ਲਾਉਣਾ ਸਵੇਰੇ 10 ਵਜੇ ਉੱਧਰ ਸਿਨਸਿਨੈਟੀ ਆਪਣੇ ਸ਼ਹਿਰ 'ਚ, ਅਤੇ ਇੱਕ ਆਪਾਂ ਨੇ ਅੱਜ ਛੱਡ ਕੇ ਉਹਨਾਂ ਟਰੱਕ ਆਪਣੇ ਵਾਲਾ ਇੱਥੇ ਗੂਗਲ ਲਗਾਉਣੇ ਆ ਜਿਨ੍ਹਾਂ 'ਤੇ ਦਿਖਾ ਕੇ ਆਇਆ ਤਾ ਨਾ ਮੈਂ ਪਿਛਲੇ ਵੀਕ, ਅਤੇ ਬੂਫਰ ਲਗਾਉਣਾ ਵਿੱਚ, ਬੂਫਰ ਲੱਗਿਆ ਤਾਂ ਵਿੱਚ ਪਤਾ ਨਹੀਂ ਕਿਆ ਗੱਲ ਹੋ ਗਈ, ਚੱਲਣੇ ਤਾਂ ਬੰਦ ਹੋ ਗਿਆ। ਉਹਨਾਂ ਨੇ ਅਪੁਆਇੰਟਮੈਂਟ ਬਣਾਈ ਹੋਈ ਆ 9 ਵਜੇ ਸਵੇਰੇ, 9:30 ਵਜੇ ਦੀ। ਉਹ ਮੈਂ ਟਰਾਈ ਕਰਨੀ ਅੱਜ ਰਾਤ ਨੂੰ ਡਰੋਪ ਕਰ ਆਉਣਾ ਉਹਨਾਂ ਦੇ ਟਰੱਕ, ਫਿਰ ਸਵੇਰੇ ਜਾਣਾ ਨਹੀਂ ਪਊਗਾ ਕਿਉਂਕਿ ਸਵੇਰੇ ਲੋਡ ਵੀ ਲਾਉਣਾ, ਐਂ ਤਾਂ ਫਿਰ ਲੇਟ ਹੋ ਜੂਗਾ ਕੰਮ। ਇਹ ਟਰੱਕ ਡਰੋਪ ਕਰ ਆਉਣਾ, ਦੂਏ ਟਰੱਕ ਨਾਲ ਵਾਲਵੋ ਨਾਲ ਆਪਾਂ ਨੇ ਸਵੇਰੇ ਲੋਡ ਲਾਵਾਂਗੇ, ਉਹਦੇ ਨਾਲ ਚੱਕ ਲਾਂਗੇ, ਗੁੱਡ ਟੂ ਗੋ ਹੋ ਜੂਗਾ ਕੰਮ। ਚੱਲੀ ਜਾਂਦੇ ਬਾਹਰ, ਵੀਡੀਓ ਬਣਾਉਣ ਲੱਗੇ ਵੀ ਜਾਂਦੇ ਬਾਹਰ, ਪੈਪਰ ਜਾਈ ਜਾਂਦੇ।
ਸਬਸਕ੍ਰਾਈਬਰ ਵਧੀ ਜਾਂਦੇ ਆ। ਪੇਂਡੂ ਕੈਨੇਡੀਅਨ ਬਾਈ ਦਾ ਬਹੁਤ ਬਹੁਤ ਜਿੰਨਾ ਮੈਂ ਕਹਿ ਦਵਾਂ ਥੈਂਕ ਯੂ ਸੋ ਮੱਚ। ਅਤੇ ਇੱਦਾਂ ਫਿਰ ਖੁਸ਼ੀ ਹੁੰਦੀ ਹੈ ਵੀਡੀਓ ਬਣਾਉਣ ਨੂੰ ਜਾਂ ਬੰਦੇ ਇੰਨੇ ਹੋਣ ਆਪਣੇ ਨਾਲ ਜੁੜੇ ਆ, ਅਤੇ ਫਿਰ ਦੇਖਦੇ ਹਾਂ ਆਪਾਂ ਡਰਾਉਣ ਜਿਹਾ ਔਡਰ ਕਰਾਂਗੇ ਆਪਾਂ ਵੀ, ਡਰਾਉਣ ਨਾਲ ਬਣਾਇਆ ਕਰਾਂਗੇ ਵੀਡੀਓ। ਹਜੇ ਮੈਂ ਤਾਂ ਨਹੀਂ ਕਰ ਲਿਆ ਹੈਗਾ ਮਾੜਾ ਯਾਰ, ਪਤਾ ਨਹੀਂ ਕੋਈ ਦੇਖੂ ਵੀਡੀਓ ਪਤਾ ਨਹੀਂ ਅਸੀਂ ਕੋਈ। ਅਤੇ ਇੱਕ ਵਾਰ ਪਹਿਲਾਂ ਬੰਦੇ ਜੁੜ ਜਾਣ ਆਪਣੇ ਨਾਲ, ਫਿਰ ਡਰਾਉਣ ਤੋਂ ਪੈਸਾ ਲਾਉਣ ਦਾ ਫਾਇਦਾ। ਹੁਣ ਤਾਂ ਬੰਦੇ ਨੇ ਪਹਿਲਾਂ ਜਦ ਮੈਂ ਕੈਮਰਾ ਔਡਰ ਕਰਿਆ ਬੰਦੇ ਬਹੁਤ ਦੱਸੇ ਮੇਰੇ ਕੋਲ, ਕਹਿੰਦੇ ਲੈ ਬਾਈ ਇਹ ਵੀ ਹੁਣ ਯੂਟਿਊਬਰ ਬਣ ਜਾਣੇ ਨੇ ਬੰਦੇ ਨੇ ਜੀ, ਲਓ ਜੀ ਅੱਛਾ ਤੈਨੂੰ ਪਤਾ ਨਹੀਂ ਚਾਰ ਬੰਦੇ ਨੇ ਦੇਖਣਾ ਪਤਾ ਨਹੀਂ ਨਹੀਂ ਮੁੜ, ਕਹਿੰਦਾ ਇੱਥੇ ਹੀ ਪਿਆ ਹੋਣਾ ਕੈਮਰਾ ਜਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, $200-300 ਦਾ ਕੈਮਰਾ ਹੀ ਆ ਕਿਤੇ ਫਿਰ ਕੰਮ ਆ ਜਾਊਗਾ, ਨਹੀਂ ਕੋਈ ਦੇਖੂਗਾ ਬੰਦ ਕਰ ਦਾਂਗੇ ਕੋਈ ਚੱਕਰ ਨਹੀਂ। ਬਟ ਥੈਂਕ ਯੂ ਤੁਹਾਡਾ ਸਾਰਿਆਂ ਦਾ, ਥੈਂਕ ਯੂ ਅਗੇਨ ਪਿੰਡ ਕੈਨੇਡੀਅਨ ਵੀਜ਼ਾ।
रुक मैं कहा नाले तो पा लिए 30 मिनट की ब्रेक उरे नाले रहीए बाथरूम और फिर लिए माड़ा मोटा उरे धोने वाला होया ट्रक क्योंकि मी मूह पई जाता ता करके मैं धोया नहीं है मैं कहा चल भाई इधर फ्लैट बैड वाल इन्हों का तो कम इंडिया वाला ही आ जाने इंडिया नहीं ट्रक तरपाला तरपूला पाया सारा कुछ उही काम है इन्हों का सेम बैड टूर देख लो चेक कर लो एक बार किधर न घूम गई लाइट आई यार बहुत ट्रक एयरपोर्ट इधर तो भी निगाह मार लो पैरों गुड्डा भी रिपोर्ट गुड्डा लागे पत्ते पुत्ते जे झड़न देख ला क्या हाल हो गया ओहो आ गई सुनो भाई आ गई सुनो ये आप खड़े हैं जी रेस्ट एरिए च यहाँ के मिला है आप उत्ते तो ਪੰਜਾਹ ਮੀਲਾਂ ਕੱਢ ਕੇ ਆਪਾਂ ਹੁਣ ਫੇਰ ਕੱਢ ਲਿਆ ਐਗਜ਼ਿਟ ਇੱਥੇ ਆਪਾਂ ਰੈਸਟ ਏਰੀਆ 'ਚ ਰੁਕਣ ਲੱਗੇ ਹਾਂ ਉਹ ਨਵੀਂ ਦੀ ਕਾਲ ਆ ਗਈ ਉਹ ਕਹਿੰਦਾ ਬਾਈ ਮੈਂ ਮਗਰ ਹਾਂ ਤੇਰੇ 10 ਕੁ ਮੀਲ ਲਾਈਆਂ ਮੈਂ ਆਇਆ ਬਸ ਉਹਦੇ ਕੋਲ ਚਾਹ ਦਾ ਸਮਾਨ ਜਿਹਾ ਹੈ ਨਹੀਂ ਕਹਿੰਦਾ ਬਾਈ ਚਾਹ ਹੀ ਬਣਾ ਲਾ ਮੈਂ ਚੱਲ ਬਣਾ ਲੈਂਦੇ ਹਾਂ ਜਾ ਅਤੇ ਚਾਹ ਨੂੰ ਆਪਣੀ ਦੁਕਾਨ ਪੂਰੀ ਫੇਮਸ ਆ ਚਾਹ ਆਪਣੀ चाह पाई दी अपना दुध च पत्ती बनाई दी गुड़ की चाह तुम पता ही है फिर हथ कराई है पूरी इन का नज़ारा ही बखरा सो दैट्स वाई अपनी चाह के बंदे फैन रुक गए आप आ जाए फिर नवी कर दें गलबात आ गया जी बंदा देखो अपना आड़ी ए टक्कर जाने अभी तो ਹੈਗਾ ਕਿ ਨਾ ਬੰਦਾ ਮਗਰ ਦੇਖਦਾ ਤੁਹਾਨੂੰ ਮਿੱਤਰ ਸ਼ੀਸ਼ੇ ਜਿਹੇ ਨੂੰ ਲਾਤ ਜੱਟ ਨੇ ਮਗਰ ਆ ਕੇ ਟਰੱਕ ਆਹ ਲਾ ਤਾ ਬਾਈ ਟਰੱਕ ਕਿਸੇ ਨੇ ਬ੍ਰੇਕਾਂ ਹੀ ਨਹੀਂ ਲੱਗੀਆਂ ਹੈਗੀਆਂ ਥੱਲੇ ਕੱਚੇ 'ਚ ਲਾ ਤਾ ਵਿਚਾਰੇ ਨੇ ਬਲਬ ਵਾਲੇ ਨੇ ਮੇਰੀਆਂ ਵੀ ਨਹੀਂ ਕਿ ਬ੍ਰੇਕਾਂ ਲੱਗੀਆਂ ਹੈਗੀਆਂ ਮਗਰ ਜੀਤੇ ਦੀ ਵੀ ਨਹੀਂ ਤਾਂ ਲੱਗੀਆਂ ਹੈਗੀਆਂ ਜੀਤਾ ਵੀ ਉੱਪਰ ਚੜ੍ਹਿਆ ਤਾ ਜਮਾਂ ਹੀ ਮੈਨੂੰ ਵੀ ਨੇੜੇ ਜਾ ਕੇ ਪਤਾ ਲੱਗਿਆ ਕਿ ਬ੍ਰੇਕਾਂ ਪੈ ਗਈਆਂ ਮੇਰਾ ਵੀ ਟਰੱਕ ਥੱਲੇ ਉੱਤਰ ਜਾਣਾ ਤਾਂ ਜਾਂ ਵਿੱਚ ਵੱਜਣਾ ਤਾਂ ਕਾਸੇ ਦੇ ਜਾ ਕੇ ਮੂਹਰੇ ਧਿਆਨ ਨਹੀਂ ਦਿੱਤਾ ਉਹ ਵਾਹਿਗੁਰੂ ਬਚ ਕੇ ਬਚ ਕੇ ਬਚ ਕੇ ਬਚ ਕੇ ਬਚ ਕੇ ਬਚ ਕੇ ਬਾਈ ਬਚ ਕੇ ਬ੍ਰੇਕਾਂ ਪੈ ਗਈਆਂ ਦੇਖ ਕੇ ਲੱਗਦਾ ਉਹ ਦੇਖੋ ਥੱਲੇ ਉੱਤਰ ਗਿਆ ਟਰੱਕ